ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਸਾਨ ਅੰਦੋਲਨ ਦੇ ਮਾਮਲੇ 'ਚ ਦਾਇਰ ਜਨਹਿਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ 'ਚ ਸ਼ੰਭੂ ਬਾਰਡਰ 'ਤੇ ਲੱਗੇ ਬੈਰੀਕੇਡ ਹਟਾਉਣ ਲਈ ਕਿਹਾ ਅਤੇ ਰਸਤਾ ਕਲੀਅਰ ਕਰਨ ਦੇ ਲਈ ਕਿਹਾ। ਇਹ ਖਬਰ ਸੁਣ ਕੇ ਆਮ ਲੋਕਾਂ ਦੇ ਖਾਸ ਕਰਕੇ ਵਪਾਰੀਆਂ ਦੇ ਚਿਹਰਿਆਂ 'ਤੇ ਰੌਣਕਾਂ ਆ ਗਈਆਂ ਨੇ ਕਿ ਆਖਰ 5 ਮਹੀਨਿਆਂ ਦੀ ਲੰਮੀ ਜੱਦੋ ਜਹਿਦ ਬਾਅਦ ਸ਼ੰਭੂ ਬਾਰਡਰ ਦਾ ਰਸਤਾ ਖੁੱਲ੍ਹਣ ਜਾ ਰਿਹਾ। ਸੁਣਵਾਈ ਦੌਰਾਨ ਅਦਾਲਤ ਵਿੱਚ ਕੀ ਕੁਝ ਖਾਸ ਰਿਹਾ, ਇੱਕ ਝਾਤ ਮਾਰਦਿਆਂ। ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਕਿਹਾ ਕਿ ਇੱਕ ਹਫ਼ਤੇ 'ਚ ਸ਼ੰਭੂ ਬਾਰਡਰ ਤੋਂ ਬੈਰੀਕੇਡ ਹਟਾਓ, ਕਿਸਾਨਾਂ ਦੀਆਂ ਮੰਗਾਂ ਕੇਂਦਰ ਤੋਂ ਨੇ, ਉਹਨਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ। ਜਵਾਬ 'ਚ ਹਰਿਆਣਾ ਸਰਕਾਰ ਨੇ ਕਿਹਾ ਕਿ ਜੇਕਰ ਬੈਰੀਕੇਡ ਹਟਾ ਦਿੱਤੇ ਜਾਣ ਤਾਂ ਕਿਸਾਨ ਅੰਬਾਲਾ ਦੇ ਵਿੱਚ SP ਦਫ਼ਤਰ ਦਾ ਘਿਰਾਓ ਕਰ ਦੇਣਗੇ। ਹਾਈਕੋਰਟ ਨੇ ਕਿਹਾ ਕਿ ਵਰਦੀ ਵਾਲਿਆਂ ਨੂੰ ਘਬਰਾਉਣਾ ਨਹੀਂ ਚਾਹੀਦਾ, ਲੋਕਤੰਤਰ 'ਚ ਪ੍ਰਦਰਸ਼ਨ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ। ਹਰਿਆਣਾ ਸਰਕਾਰ ਨੇ ਕਿਹਾ ਕਿ ਲਾਅ ਐਂਡ ਆਰਡਰ ਮੇਨਟੇਨ ਰੱਖਣ ਦੇ ਲਈ, ਸਥਿਰ ਰੱਖਣ ਦੇ ਲਈ ਅਸੀਂ ਬੈਰੀਕੇਡਿੰਗ ਕੀਤੀ ਹੈ। ਹਾਈਕੋਰਟ ਨੇ ਕਿਹਾ ਠੀਕ ਹੈ, ਇੱਕ ਹਫ਼ਤੇ ਅੰਦਰ ਫਿਲਹਾਲ ਸੜਕ ਕਲੀਅਰ ਕੀਤੀ ਜਾਵੇ, ਜੇ ਲਾਅ ਐਂਡ ਆਰਡਰ ਖਰਾਬ ਹੁੰਦਾ ਹੈ ਤਾਂ ਸਰਕਾਰ ਜੋ ਮਰਜ਼ੀ ਕਰੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਹਾਈਕੋਰਟ ਦੇ ਫੈਸਲੇ 'ਤੇ ਬਿਆਨ ਦਿੰਦਿਆਂ ਕਿਹਾ ਕਿ ਮੀਟਿੰਗ ਕਰਾਂਗੇ, ਹਾਈਕੋਰਟ ਦੇ ਆਰਡਰ ਦੀ ਕਾਪੀ ਪੜਾਂਗੇ, ਵਕੀਲਾਂ ਨਾਲ ਮਸ਼ਵਰੇ ਮਗਰੋਂ ਫੈਸਲਾ ਲਵਾਂਗੇ। ਕਿਸਾਨਾਂ ਕੋਲ ਨਾ ਤਾਂ ਪਹਿਲੀ ਗੱਲ ਇਹੋ ਜਿਹੀ ਕੋਈ ਹਥਿਆਰ ਆ, ਉਹ ਆਪਣੇ ਭਰਾਵਾਂ 'ਤੇ ਗੋਲੀ ਕਿਉਂ ਚਲਾਉਣਗੇ? ਸਵਾਲ ਤਾਂ ਹੈ ਨਾ, ਕੋ ਆਪਣਿਆਂ 'ਤੇ ਗੋਲੀ ਥੋੜ੍ਹਾ ਚਲਾਉਂਦਾ ਹੈਗਾ। ਇਹ ਸਰਕਾਰ ਜਿਹੜੀ ਮੋਦੀ ਸਰਕਾਰ ਨੇ ਪਾਪ ਕਮਾਏ ਆ, ਪਾਪ ਲੁਕਾਉਣ ਦੇ ਯਤਨ ਹੋ ਰਹੇ ਆ, ਲੁਕਣੇ ਨਹੀਂ ਹੈ ਜੋ ਸਾਨੂੰ ਲੱਗਦਾ ਹੈਗਾ। ਤਾਂ ਜੇ ਸਰਕਾਰ ਕਿਸੇ ਰਿਟਾਇਰ ਸਾਬਕਾ ਜੱਜ ਕੋਲ ਇਹਦੀ ਜਾਂਚ ਕਰਵਾਉਂਦੀ ਤਾਂ ਅਸੀਂ ਮੰਨ ਸਕਦੇ ਵੀ ਕੋਈ ਨਿਰਪੱਖ ਹੋ ਸਕਦੀ। ਇਹਦੇ 'ਤੇ 16 ਤਰੀਕ ਨੂੰ ਆਪਣੇ ਦੋਵੇਂ ਫੋਰਮ ਇਕੱਠੇ ਹੋਣਗੇ, ਇਕੱਠੇ ਹੋ ਕੇ ਵਿਚਾਰ ਕਰਨਗੇ। ਜਿਹੜੀ ਅਸੀਂ ਗੱਲ ਕਹਿੰਦੇ ਸੀ ਵੀ ਸ਼ੰਭੂ ਬਾਰਡਰ ਜਾਂ ਹੋਰ ਬਾਰਡਰ ਅਸੀਂ ਬੰਦ ਨਹੀਂ ਕੀਤੇ ਹੋਏ, ਕੇਂਦਰ ਨੇ ਅਤੇ ਹਰਿਆਣਾ ਸਰਕਾਰ ਨੇ ਬੰਦ ਕੀਤੇ, ਉੱਤੇ ਅਰਧ ਸੈਨਿਕ ਫੋਰਸ ਲੱਗੇ ਹੋਏ ਆ, ਸਾਡੇ 'ਤੇ ਬੜਾ ਬਲ ਪ੍ਰਯੋਗ ਕਰਕੇ ਜਬਰ ਕਰਕੇ ਸਾਨੂੰ ਰੋਕਿਆ ਗਿਆ। ਸ਼ਹੀਦ ਸ਼ੁਭਕਰਨ ਸ਼ਹੀਦ ਹੋਇਆ, 433 ਕਿਸਾਨ ਜ਼ਖਮੀ ਹੋਏ, ਔਰ ਸਾਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਗਿਆ। ਜੇ ਜਿਵੇਂ ਕਿਹਾ ਜਾ ਰਿਹਾ, ਜਿਵੇਂ ਇਸ ਕਿਸਮ ਦੇ ਆਰਡਰ ਹੋਏ ਤਾਂ ਅਸੀਂ ਦਿੱਲੀ ਜਾਣਾ ਸੀ, ਦਿੱਲੀ ਜਾਣ ਦਾ ਨਿਰਣਾ ਅੱਜ ਵੀ ਸਾਡਾ ਹੈਗਾ, ਇਹਦੇ ਬਾਰੇ ਅਸੀਂ 16 ਨੂੰ ਫੈਸਲਾ ਕਰਾਂਗੇ। ਅੱਜ ਜਿਹੜਾ ਫੈਸਲਾ ਮਾਣਯੋਗ ਹਾਈਕੋਰਟ ਦਾ ਸਾਡੇ ਸਾਹਮਣੇ ਆ ਰਿਹਾ ਵਾ, ਇੱਕ ਤਾਂ ਇਹਦੀ ਜਿਹੜੀ ਆਰਡਰਾਂ ਦੀ ਕਾਪੀ ਆ, ਅਸੀਂ ਆਪਣੇ ਵਕੀਲਾਂ ਰਾਹੀਂ ਕੱਲ੍ਹ ਪਰਸੋਂ ਲੈਣ ਦਾ ਯਤਨ ਕਰਾਂਗੇ, ਫਿਰ ਇਹਦੇ 'ਤੇ ਅਸਲ ਵਿਚਾਰ ਕਰਨ ਵਾਲੀ ਗੱਲ ਹੋਊਗੀ। ਹਾਈਕੋਰਟ ਦੇ ਇਸ ਫੈਸਲੇ ਦਾ ਕਿਸਾਨਾਂ ਨੇ ਸਵਾਗਤ ਕੀਤਾ। ਕਿਸਾਨ ਕਹਿੰਦੇ ਨੇ ਕਿ ਅੱਜ ਸਾਬਿਤ ਹੋ ਗਿਆ ਕਿ ਬੰਦ ਰਾਸਤਿਆਂ ਲਈ ਕੌਣ ਜ਼ਿੰਮੇਵਾਰ ਸੀ। ਅਸੀਂ ਮਾਣਯੋਗ ਹਾਈਕੋਰਟ ਜੀ ਦਾ ਸਵਾਗਤ ਵੀ ਕਰਦੇ ਹਾਂ, ਜਿਹੜਾ ਇਹ ਫੈਸਲਾ ਉਹਨਾਂ ਨੇ ਦਿਆ। ਅਤੇ ਇੱਕ ਗੱਲ ਕਹਿਣਾ ਚਾਹਾਂਗੇ, ਜੋ ਅਸੀਂ 5-6 ਮਹੀਨੇ ਤੋਂ ਇੱਥੇ ਬਾਰਡਰਾਂ 'ਤੇ ਬੈਠੇ ਹਾਂ, ਅਸੀਂ ਕਹਿੰਦੇ ਸੀਗੇ ਵੀ ਇਹ ਜਿਹੜੀਆਂ ਦੁਬਾਰਾ ਕਰੀਆਂ ਹੋਈਆਂ ਨੇ ਹਰਿਆਣਾ ਸਰਕਾਰ ਨੇ ਕਰੀਆਂ ਹੋਈਆਂ, ਹਰਿਆਣਾ ਗੌਰਮੈਂਟ ਨੇ ਕਰੀਆਂ ਹੋਈਆਂ, ਉਹ ਅੱਜ ਮੋਹਰ ਲੱਗ ਗਈ। ਕਿਉਂਕਿ ਜੋ ਹਾਈਕੋਰਟ ਜੀ ਨੇ ਮਾਣਯੋਗ ਹਾਈਕੋਰਟ ਨੇ ਫੈਸਲਾ ਦਿਆ ਹੈਗਾ, ਉਹਦੇ 'ਚ ਕਲੀਅਰ ਹੋ ਗਿਆ ਵੀ ਇਹ ਜਿਹੜੀਆਂ ਦੁਬਾਰਾ ਨੇ ਉਹ ਹਰਿਆਣਾ ਸਰਕਾਰ ਨੇ ਕਰੀਆਂ ਨੇ, ਜਿਨ੍ਹਾਂ ਨੇ ਸਾਡਾ 1000 ਕਰੋੜ ਰੁਪਏ ਦਾ ਨੁਕਸਾਨ ਕਰਿਆ, ਪੰਜਾਬ ਦਾ ਵੀ, ਸਾਡਾ ਕਿਸਾਨੀ ਦਾ, ਸਾਰੇ ਕਿਸੇ ਦਾ, ਉਹਦੀ ਜ਼ਿੰਮੇਵਾਰ ਹਰਿਆਣਾ ਸਰਕਾਰ ਹੈ। MSP ਤੇ ਕਾਨੂੰਨੀ ਗਰੰਟੀ ਤੇ ਹੋਰ ਕਿਸਾਨੀ ਮੰਗਾਂ ਪੂਰੀਆਂ ਕਰਵਾਉਣ ਲਈ 13 ਫਰਵਰੀ ਤੋਂ ਕਿਸਾਨ ਸ਼ੰਭੂ ਬਾਰਡਰ ਤੇ ਡਟੇ ਹੋਏ ਨੇ। ਇਸ ਦਰਮਿਆਨ ਬਹੁਤ ਕੁਝ ਦੇਖਣ ਨੂੰ ਮਿਲਿਆ। ਕਿਸਾਨ ਤੇ ਹਰਿਆਣਾ ਸਰਕਾਰ ਦੇ ਅਧਿਕਾਰੀ ਆਪਸ 'ਚ ਭਿੜੇ, ਸਰਕਾਰ ਵੱਲੋਂ ਅਥਰੂ ਗੈਸ ਦੇ ਗੋਲੇ ਛੱਡੇ ਗਏ, ਸਰਕਾਰ ਨਾਲ ਮੀਟਿੰਗਾਂ ਵੀ ਹੋਈਆਂ ਜੋ ਬੇਸਿੱਟਾ ਰਹੀਆਂ, ਕਿਸਾਨਾਂ ਦੇ ਵਾਹਨਾਂ ਦੀ ਭੰਨ ਤੋੜ ਕੀਤੀ ਗਈ, ਨੌਜਵਾਨ ਕਿਸਾਨ ਸ਼ੁਭਕਰਨ ਆਪਣੀ ਜਾਨ ਵੀ ਗਵਾ ਬੈਠਾ। ਬੰਦ ਰਾਸਤਿਆਂ ਕਰਕੇ ਸੂਬੇ ਦੇ ਵਪਾਰ ਅਤੇ ਆਮ ਲੋਕਾਂ 'ਤੇ ਜਿਹੜਾ ਅਸਰ ਪਿਆ ਉਹ ਅੱਡ।
ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਰਸਤਾ ਖੁੱਲੇਗਾ ਜਾਂ ਨਹੀਂ, ਆਵਾਜਾਈ ਬਹਾਲ ਹੋਵੇਗੀ ਜਾਂ ਨਹੀਂ, ਕਿਸਾਨ ਦਿੱਲੀ ਜਾਣਗੇ ਜਾਂ ਨਹੀਂ, ਕੀ ਹੋਵੇਗੀ ਅਗਲੀ ਰਣਨੀਤੀ, ਵੱਡੇ ਸਵਾਲ ਖੜ੍ਹੇ ਹੋ ਰਹੇ ਨੇ। ਨਿਊਜ਼ ਡੈਸਕ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।